ਹਰ ਸਾਲ ਆਪਣਾ ਇਹ ਸੈਮੀਨਾਰ ਦਾ ਆਯੋਜਨ ਕਰਦੇ ਹੈ ਔਰ ਮੈਂ ਮਹਿਸੂਸ ਕਰਦਾ ਕਿ ਇਹਨਾਂ ਦੇ ਇਸ ਆਯੋਜਨ ਦੇ ਨਾਲ ਇਹਨਾਂ ਦੀ ਇਸ ਸੈਮੀਨਾਰ ਦੇ ਨਾਲ ਸਾਡੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਔਰ ਬਹੁਤ ਇਹਨਾਂ ਦੇ ਵਿੱਚ ਗੁਣ ਉਤਪੰਨ ਹੋ ਰਹੇ ਹੈ ਔਰ ਅੱਜ ਜੋ ਤੁਸੀਂ ਸੈਮੀਨਾਰ ਲਗਾਇਆ ਮੈਨੂੰ ਆਸ ਹੈ ਕਿ ਜਿਵੇਂ ਬੱਚਿਆਂ ਨੇ ਵਾਅਦਾ ਕੀਤਾ ਤੁਹਾਡੇ ਨਾਲ ਔਰ ਇਹ ਹੋਰ ਵੀ ਉਭਰਨਗੇ ਇਹਨਾਂ ਦੇ ਵਿੱਚ ਇਹ ਪ੍ਰਤਿਭਾ ਹੈਗੀ ਹੈ ਅਤੇ ਹੋਰ ਉਭਰੇਗੀ ਮਾਤਾ ਪਿਤਾ ਦਾ ਸਤਿਕਾਰ ਕਰਨਾ ਟੀਚਰਸ ਦਾ ਸਤਿਕਾਰ ਕਰਨਾ ਔਰ ਇਹ ਜਿਹੜੇ ਹੈਗੇ ਆ ਸਹਿਜ ਪਾਠ ਇਹਦੇ ਬਾਰੇ 'ਚ ਮੇਰੇ ਖਿਆਲ ਨਾਲ ਕਾਫੀ ਬੱਚੇ ਕਰ ਵੀ ਰਹੇ ਨੇ ਹੁਣ ਕਿੰਨੇ ਬੱਚੇ ਜਿਹੜੇ ਇਸ ਵੇਲੇ ਸਹਿਜ ਪਾਠ ਕਰਦੇ ਪਏ ਨੇ ਸ਼ਾਬਾਸ਼ ਹੱਥ ਖੜਾ ਕਰੋ 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 ਸ਼ਾਬਾਸ਼ ਚਲੇ ਜਾਓ ਇਹ ਜਿਹੜੀ ਸੰਖਿਆ ਹੈਗੀ ਹੈ ਇਹ ਹੁਣ ਇਸ ਸੈਮੀਨਾਰ ਤੋਂ ਬਾਅਦ ਵਧਣੀ ਚਾਹੀਦੀ ਹੈ ਕਿੰਨੇ ਕੁ ਬੱਚੇ ਤੁਹਾਡੇ 'ਚ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਹੁਣ ਮਹਿਸੂਸ ਕੀਤਾ ਕਿ ਅਸੀਂ ਇਹ ਸਹਿਜ ਪਾਠ ਸ਼ੁਰੂ ਕਰਨਾ ਸ਼ਾਬਾਸ਼ ਸਾਥੀਓ ਡਰਨਾ ਨਹੀਂ ਬਿਲਕੁਲ ਅਸੀਂ ਤੁਹਾਨੂੰ ਸੁਣਾਵਾਂਗੇ ਸਾਰਾ ਕੁਝ ਸ਼ਾਬਾਸ਼ ਚਲੇ ਜਾਓ ਸ਼ਾਬਾਸ਼ ਬਹੁਤ ਵਧੀਆ ਔਰ ਮੈਂ ਦਿਲੋਂ ਰਿਣੀ ਹਾਂ ਭਾਜੀ ਹੁਣਾਂ ਦਾ ਕਿ ਜਿਹੜੇ ਸਮੇਂ ਸਿਰ ਆ ਕੇ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਨੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ